ਸੋ ਲਓ ਜੀ, ਬਾਬਾ ਕਿਸ਼ੋਰ ਦਾਸ ਜੀ ਦੇ ਡੇਰੇ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੋ ਮੇਲਾ ਹੁੰਦਾ ਹੈ ਸ਼ੁਰੂ ਹੋ ਚੁੱਕਿਆ ਹੈ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਸਾਲ ਬਸੰਤ ਪੰਚਮੀ ਦੇ ਮੌਕੇ ਤੇ ਇੱਥੇ ਮੇਲਾ ਲੱਗਦਾ ਹੈ, ਤੇ ਮੇਲੇ ਦੇ ਦੌਰਾਨ 3 ਰੋਜ਼ਾ ਕਬੱਡੀ ਟੂਰਨਾਮੈਂਟ ਵੀ ਕਰਵਾਏ ਜਾਂਦੇ ਨੇ। ਆਪਾਂ ਡੇਰੇ ਦੇ ਅੰਦਰ ਪਹਿਲਾਂ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਮੇਲੇ ਦੀਆਂ ਕਿਵੇਂ ਕੀ ਕੀ ਤਿਆਰੀਆਂ ਹੋਈਆਂ ਨੇਗੀਆਂ, ਤੇ ਉਸ ਤੋਂ ਬਾਅਦ ਕੀ ਕਹਿੰਦੇ ਨੇ ਆਪਣਾ ਜਿਹੜੇ ਟੂਰਨਾਮੈਂਟ ਨੇ ਸਟੇਡੀਅਮ ਦੇ ਵਿੱਚ ਉਹ ਜਾ ਕੇ ਦੁਕਾਨਾਂ ਲੱਗਣੀਆਂ ਜਿਹੜੀਆਂ ਹੈਗੀਆਂ ਨੇ ਉਹ ਡੇਰੇ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ। ਇਸ ਤੋਂ ਬਾਅਦ ਦੁਕਾਨਾਂ ਤੋਂ ਬਾਅਦ ਡੇਰੇ ਦੇ ਅੰਦਰ, ਡੇਰੇ ਦੇ ਅੰਦਰ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਬੈਕ ਸਾਈਡ ਜੋ ਚੁੱਲ੍ਹੇ ਨੇ, ਕੁਛ ਕੁ ਚੁੱਲ੍ਹੇ ਲੱਗ ਚੁੱਕੇ ਨੇ, ਤੇ ਉਸ ਤੋਂ ਬਾਅਦ ਹੈ, ਉਸ ਤੋਂ ਬਾਅਦ ਕੀ ਹੈ, ਉਸ ਤੋਂ ਬਾਅਦ ਕੁਝ ਕੁ ਝੂਲੇ ਜਿਹੜੇ ਲੱਗ ਚੁੱਕੇ ਨੇ ਗੇ, ਉਹਨਾਂ ਦੇ ਵਿੱਚ ਚੰਡੋਲ, ਕਿਸ਼ਤੀਆਂ ਵਗੈਰਾ, ਤੇ ਉਹ ਮਿੱਕੀ ਮਾਊਸ ਤੇ ਨਿੱਕੇ ਬੱਚਿਆਂ ਵਾਸਤੇ ਜਿਹੜੇ ਨੇ ਸਾਰੇ ਝੂਲੇ ਨੇ ਉਹ ਵੀ। ਤੇ ਆਪਾਂ ਸਭ ਤੋਂ ਪਹਿਲਾਂ ਡੇਰੇ ਦੇ ਅੰਦਰ ਚੱਲਦੇ ਆ। ਇਸ ਦੇ ਨਾਲ ਹੀ ਦਰਬਾਰ ਸਾਹਿਬ ਵਿੱਚ ਹੋਈ ਤੁਸੀਂ ਡੈਕੋਰੇਸ਼ਨ ਜੋ ਹੈ ਉਹ ਦੇਖ ਸਕਦੇ ਹੋਗੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇੱਥੇ ਪਹਿਲਾਂ 2 ਦਿਨ ਪਾਠ ਰਖਾਇਆ ਜਾਂਦਾ ਹੈ, ਅਤੇ ਬਸੰਤ ਪੰਚਮੀ ਵਾਲੇ ਦਿਨ ਪਾਠ ਦਾ ਭੋਗ ਜੋ ਹੈ ਉਹ ਪਾਇਆ ਜਾਂਦਾ ਹੈ, ਅਤੇ ਭੰਡਾਰਾ ਵੀ ਲਗਾਇਆ ਜਾਂਦਾ ਹੈ। ਅਤੇ ਇਸ ਭੰਡਾਰੇ ਦੇ ਨਾਲ ਨਾਲ ਜਦੋਂ ਟੂਰਨਾਮੈਂਟ ਹੁੰਦੇ ਨੇਗੇ ਹਰ ਸਾਲ, ਟੂਰਨਾਮੈਂਟਾਂ ਦੇ ਦੌਰਾਨ ਵੀ ਇੱਥੇ ਲਗਾਤਾਰ ਲੰਗਰ ਜੋ ਹੈ ਲੰਗਰ ਹਾਲ ਦੇ ਵਿੱਚ ਚੱਲਦਾ ਰਹਿੰਦਾ ਹੈ। ਤਾਂ ਆਪਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੰਗਰ ਦੇ ਵਿੱਚ ਸੇਵਾ ਵੀ ਚੱਲ ਰਹੀ ਹੈ, ਬਰਤਨਾਂ ਦੀ ਸੇਵਾ ਜੋ ਹੈ ਇੱਥੇ ਸੇਵਾਦਾਰ ਕਰ ਰਹੇ ਨੇਗੇ। ਲੰਗਰ ਹਾਲ ਦੇ ਵਿੱਚ ਆਪਾਂ ਇੱਕ ਵਾਰੀ ਤੁਹਾਨੂੰ ਜਾ ਕੇ ਦਿਖਾਉਂਦੇ ਹਾਂ, ਠੀਕ ਹੈ। ਉਹ ਜੋ ਬਾਬਾ ਕਿਸ਼ੋਰ ਦਾਸ ਜੀ ਦੇ ਡੇਰੇ ਵਿੱਚ ਤੁਹਾਨੂੰ ਪਤਾ ਹੈ ਕਿ ਹਰ ਮੰਗਲਵਾਰ ਇੱਥੇ ਲੋਕ ਅਨੰਦਪੁਰ ਦੇ ਨੇੜੇ ਪਿੰਡ ਬੁਲਾਡੇ ਤੋਂ ਨੇੜਲੇ ਪਿੰਡ ਜਿੰਨੇ ਵੀ ਨੇ ਲੋਕ ਇੱਥੇ ਆ ਕੇ ਹਰ ਮੰਗਲਵਾਰ ਨੂੰ ਮੱਥਾ ਟੇਕਦੇ ਨੇ। ਬਾਕੀ ਆਹ ਸੇਵਾਦਾਰ ਤੁਸੀਂ ਦੇਖ ਸਕਦੇ ਹੋ, ਅਤੇ
ਇਸ ਦੇ ਨਾਲ ਹੀ ਹੁਣ ਆਪਾਂ ਤੁਹਾਨੂੰ ਬਾਹਰ ਜਾ ਕੇ ਜਿਹੜੇ ਚੁੱਲ੍ਹਿਆਂ ਦਾ ਜੋ ਚੱਲ ਰਿਹਾ ਹੈ, ਚੁੱਲ੍ਹੇ ਜਿਹੜੇ ਲੱਗ ਰਹੇ ਨੇਗੇ ਉਹ ਦਿਖਾਵਾਂਗੇ। ਅਤੇ ਆਓ ਚੱਲਦੇ ਹਾਂ। ਤਾਂ ਹੁਣ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਤੋਂ ਬਾਅਦ ਆਪਾਂ ਆ ਗਏ ਬਾਹਰ ਮੰਡੀ ਦੇ ਵਿੱਚ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਚੁੱਲ੍ਹੇ ਜਿਹੜੇ ਨੇ ਲੱਗ ਚੁੱਕੇ ਨੇ, ਅਤੇ ਕੁਛ ਕੁ ਚੁੱਲ੍ਹੇ ਮੈਨੂੰ ਲੱਗਦਾ ਹਜੇ ਵੀ ਜਿਵੇਂ ਆਹ ਸਾਹਮਣੇ ਬਾਈ ਹੋਰੇ ਸੈੱਟ ਕਰ ਰਹੇ ਨੇ ਟ੍ਰੇਨ ਵਗੈਰਾ, ਕਿਸ਼ਤੀਆਂ ਚੰਡੋਲ ਜੋ ਹੈ ਉਹ ਵੀ ਲੱਗ ਚੁੱਕੀ ਆ, ਹੋਰ ਵੀ ਕਈ ਤਰ੍ਹਾਂ ਦੇ ਆਪਾਂ ਦੇਖ ਸਕਦੇ ਹਾਂ। ਅਤੇ ਉੱਧਰ ਸਾਹਮਣੇ ਵੀ ਬਹੁਤ ਸਾਰੇ ਜਿਹੜੇ ਹੈਗੇ ਨੇ ਬੱਚਿਆਂ ਵਾਸਤੇ ਚੁੱਲ੍ਹੇ ਲੱਗ ਰਹੇ ਨੇ। ਅਤੇ ਇਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੋਂ ਦਾ ਜੋ ਸਟੇਡੀਅਮ ਹੈ, ਉਹਦੇ ਵਿੱਚ ਟੂਰਨਾਮੈਂਟ ਜੋ ਚੱਲ ਰਹੇ ਨੇਗੇ ਉਹ ਥੋੜ੍ਹੇ ਆਪਾਂ ਇਹਦੇ ਵਿੱਚ ਇੱਕ। ਤਾਂ ਹੁਣ ਤੁਸੀਂ ਦੇਖ ਸਕਦੇ ਹੋਗੇ ਕਿ ਇੱਥੇ ਬਾਬਾ ਕਿਸ਼ੋਰ ਦਾਸ ਜੀ ਖੇਡ ਸਟੇਡੀਅਮ ਦੇ ਵਿੱਚ ਕਬੱਡੀ ਦੇ ਟੂਰਨਾਮੈਂਟ ਵੀ ਉਹ ਚੱਲ ਰਹੇ ਨੇ। ਅਤੇ ਲੋਕਾਂ ਦਾ ਇਕੱਠ ਵੀ ਤੁਸੀਂ ਦੇਖ ਸਕਦੇ ਹੋ, ਹਜੇ ਤਾਂ ਫਿਰ ਵੀ ਪਹਿਲਾ ਦਿਨ ਹੈ ਅਤੇ ਉਸ ਤੋਂ ਬਾਅਦ ਹੋਰ ਵੀ ਜ਼ਿਆਦਾ ਅਗਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਤਾਂ ਇਹ ਸੀ ਜੀ ਸਾਡੇ ਵੱਲੋਂ ਇੱਕ ਨਿੱਕੀ ਜਿਹੀ ਕੋਸ਼ਿਸ਼। ਅਤੇ ਹੁਣ ਇਹ ਮੇਲਾ ਜੋ ਹੈ ਅੱਜ ਤੋਂ ਸ਼ੁਰੂ ਹੋ ਕੇ 14 ਫਰਵਰੀ ਤੱਕ ਲੱਗੇਗਾ। 14 ਫਰਵਰੀ ਨੂੰ ਬਸੰਤ ਪੰਚਮੀ ਹੈ ਅਤੇ ਬਸੰਤ ਪੰਚਮੀ ਵਾਲੇ ਦਿਨ ਇੱਥੇ ਭੰਡਾਰਾ ਜੋ ਹੈ ਲੱਗੇਗਾ। ਅਤੇ ਇਸਦੇ ਦੌਰਾਨ ਕੱਲ੍ਹ ਸੋਮਵਾਰ ਨੂੰ 12 ਤਰੀਕ ਨੂੰ ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਵੀ ਇੱਥੇ ਜੋ ਹੈ ਕੈਂਪ ਲਗਾਇਆ ਜਾਊ ਖੂਨਦਾਨ ਕੈਂਪ। ਤਾਂ ਤੁਸੀਂ ਸਾਰੇ ਇੱਥੇ ਬਾਬਾ ਕਿਸ਼ੋਰ ਦਾਸ ਜੀ ਦੇ ਡੇਰੇ 'ਤੇ ਆ ਕੇ ਨਤਮਸਤਕ ਹੋਵੋ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਕਿਸੇ ਵੀ ਤਰ੍ਹਾਂ ਦੀ ਗਲਤੀ ਵਾਸਤੇ ਅਸੀਂ ਤੁਹਾਡੇ ਤੋਂ ਮਾਫ਼ੀ ਚਾਹੁੰਦੇ ਹਾਂ। ਸ਼ੁਕਰੀਆ।